ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਹੋਰ ਕੀ ਹਾਲ ਚਾਲ ਹੈ? ਸਭ ਠੀਕ ਠਾਕ ਹੋ? ਵਧੀਆ, ਵਾਹਿਗੁਰੂ ਮੈਂ ਕਰੇ ਇਸਦਾ ਚੜ੍ਹਦੀ ਕਲਾ 'ਚ ਬਣੇ ਰਹੋ। ਅੱਜ ਦਾ ਜੋ ਇਹ ਆਪਾਂ ਵੀਡੀਓ ਬਣਾ ਰਹੇ ਹਾਂ, ਸਪੈਸ਼ਲੀ ਦੋ ਚੀਜ਼ਾਂ ਵਾਸਤੇ ਬਣਾ ਰਹੇ ਹਾਂ। ਇੱਕ ਤਾਂ ਇਹ ਕਿ ਅੱਜ ਕੱਲ੍ਹ ਕੈਨੇਡਾ ਦਾ ਵਿਜ਼ਟਰ ਵੀਜ਼ਾ ਬਹੁਤ ਜ਼ਿਆਦਾ ਲੱਗ ਰਹੇ ਨੇ, ਸੋ ਬਹੁਤ ਜਿਹੜੇ ਲੋਕ ਨੇ ਜਿਨ੍ਹਾਂ ਦੇ ਡੇਲੀ ਫੋਨ ਆਉਂਦੇ ਨੇ ਉਹਨਾਂ ਤੋਂ ਇਹ ਪਤਾ ਲੱਗਦਾ ਕਿ ਕਈ ਤਾਂ ਵਿੱਚੋਂ 10th ਪਾਸ ਨੇ ਜਾਂ ਕਿਸੇ ਨੇ 11th ਕੀਤੀ ਹੈ, ਮਤਲਬ ਬਿਲੋ 12th, 12th ਤੋਂ ਘੱਟ। ਸੋ ਕਈ ਮੈਸੇਜਿਸ ਐਸੇ ਆਏ ਹੋਏ ਨੇ ਕਿ ਮੈਂ 10th ਕੀਤੀ ਹੈ ਭਾਅ ਜੀ, ਔਰ ਮੈਂ ਆ ਰਿਹਾ। ਸੋ ਮੇਰੀ ਵਾਈਫ ਹੈ, ਉਹਨੇ ਵੀ ਕੋਈ 10th-12th ਕੀਤੀ ਹੈ। ਸੋ ਬਹੁਤ ਔਖਾ ਹੈ ਐਂਡ ਬਹੁਤ ਕੰਪਲੀਕੇਟਿਡ ਪ੍ਰੋਸੈਸ ਹੈ ਜਿਹੜਾ ਤੁਸੀਂ ਇੱਥੇ ਆ ਕੇ, ਤੁਹਾਨੂੰ ਇੰਨੀ ਜ਼ਿਆਦਾ ਪਰੇਸ਼ਾਨੀ ਹੋਣੀ ਹੈ ਜਿਹਦਾ ਕੋਈ ਤੁਸੀਂ ਹੱਦ ਅੰਦਾਜ਼ਾ ਫਿਲਹਾਲ ਨਹੀਂ ਲਗਾ ਪਾ ਰਹੇ ਹੋ। ਕਿਉਂਕਿ ਜਦੋਂ ਤੁਸੀਂ ਐਜੂਕੇਸ਼ਨ ਵਾਈਜ਼ ਪ੍ਰੋਪਰ ਪੜ੍ਹੇ ਲਿਖੇ ਨਹੀਂ ਹੋ, ਤੁਹਾਡੀ ਐਜੂਕੇਸ਼ਨ ਐਟਲੀਸਟ 12th ਨਹੀਂ ਹੈ, ਘੱਟ ਤੋਂ ਘੱਟ 12th ਨਹੀਂ ਹੈ, ਤੁਸੀਂ 10th ਕੀਤੀ ਹੈ, ਕਿਉਂਕਿ ਆਈਲੈਟਸ ਵਾਸਤੇ ਕੋਈ 10th ਔਰ 12th ਜ਼ਰੂਰ ਨਹੀਂ ਹੁੰਦੀ, ਉਹ ਕੋਈ ਵੀ ਕਰ ਸਕਦਾ, ਉਹ ਇੱਕ ਆਪਣਾ ਇੰਗਲਿਸ਼ ਦਾ ਟੈਸਟ ਹੁੰਦਾ। ਬਟ ਜਿਹੜੀ ਮੇਨ ਚੀਜ਼ ਹੈ, ਜਿਹੜੀ ਸਭ ਤੋਂ ਮੇਨ ਚੀਜ਼ ਹੈ, ਉਹ ਇਹ ਹੈ ਕਿ ਤੁਹਾਡੀ ਜਿਹੜੀ ਮਿਨੀਮਮ ਰਿਕੁਆਇਰਮੈਂਟ, ਜਿਹੜੀ ਮਿਨੀਮਮ ਐਜੂਕੇਸ਼ਨ ਹੈ ਕਿਸੇ ਵੀ ਵਰਕ ਪਰਮਿਟ ਵਾਸਤੇ, ਜਿਹੜੀ ਮਿਨੀਮਮ ਕੁਆਲੀਫਿਕੇਸ਼ਨ ਹੈ ਉਹ 12th ਕਲਾਸ। ਅਗਰ ਤੁਸੀਂ 12th ਨਹੀਂ ਕੀਤੀ ਔਰ ਤੁਹਾਨੂੰ ਕੋਈ ਏਜੰਟ ਕਿਸੇ ਵੀ ਤਰੀਕੇ, ਤੁਸੀਂ ਆਪਣੇ ਜਿਹੋ ਜਿਹੇ ਪੇਪਰ ਤਿਆਰ ਕੀਤੇ ਔਰ ਤੁਸੀਂ ਵਿਜ਼ਟਰ ਵੀਜ਼ਾ ਲੈ ਤਾਂ ਲਿਆ, ਲੇਕਿਨ ਵਿਜ਼ਟਰ ਵੀਜ਼ਾ ਤੋਂ ਬਾਅਦ ਪਹਿਲਾਂ ਤਾਂ ਤੁਹਾਨੂੰ ਉੱਥੇ ਹੀ ਕਿਸੇ ਏਜੰਟ ਨੇ ਚੰਗਾ ਕੋਈ 10-12-15 lakh ਰੁਪਏ ਰਗੜ ਲਿਆ ਹੋਣਾ ਚੰਗੀ ਤਰ੍ਹਾਂ। ਉਹਦੇ ਬਾਵਜੂਦ ਤੁਸੀਂ ਇੱਥੇ ਆਓਗੇ, ਫਿਰ ਤੁਹਾਨੂੰ ਇੱਥੇ ਆ ਕੇ ਪਤਾ ਲੱਗਣਾ ਕਿ ਮਤਲਬ 10th ਦੇ ਬੇਸ 'ਤੇ ਤਾਂ ਕੋਈ ਵਰਕ ਪਰਮਿਟ ਹੁੰਦਾ ਹੀ ਨਹੀਂ, ਕਿਉਂਕਿ ਜਿਹੜੀ ਬੇਸਿਕ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਤੁਹਾਡੀ 12th ਕਲਾਸ, ਤੁਹਾਡਾ ਆਈਲੈਟਸ, ਔਰ ਜਿਹੜਾ ਤੁਹਾਡਾ 12th ਕਲਾਸ ਹੋ ਗਈ, ਤੁਹਾਡੀ ਆਈਲੈਟਸ ਦਾ ਸਕੋਰ ਤੁਹਾਡਾ ਹੋ ਗਿਆ, ਔਰ ਜਿਹੜਾ ਤੁਹਾਡਾ ਕਿਸੇ ਕੰਟਰੀ ਦਾ ਓਵਰਸੀਜ਼ ਦਾ ਐਕਸਪੀਰੀਅੰਸ ਹੁੰਦਾ। ਬਟ ਜਦੋਂ ਤੁਹਾਡੇ ਕੋਲ ਕਿਸੇ ਕੰਟਰੀ ਦਾ ਐਕਸਪੀਰੀਅੰਸ ਵੀ ਨਹੀਂ ਹੈ, ਤੁਹਾਡੀ ਆਈਲੈਟਸ ਵੀ ਤੁਹਾਡੇ ਕੋਲ ਨਹੀਂ ਹੈ, ਤੁਸੀਂ 10th ਕੀਤੀ ਹੈ, ਤਾਂ ਫਿਰ ਇੱਥੇ ਕੋਈ ਵਰਕ ਪਰਮਿਟ ਦੀ ਉਮੀਦ ਨਾ ਰੱਖਿਓ। ਔਰ ਮੈਂ ਦੇਖ ਰਿਹਾ ਕਿ ਬਹੁਤ ਲੋਕ ਇਹੋ ਜਿਹੇ ਨੇ ਕਿ ਜਿਹੜੇ ਬਸ ਵਿਜ਼ਟਰ ਵੀਜ਼ਾ ਲੱਗਣ ਦੀ ਇੰਨੀ ਖੁਸ਼ੀ ਹੁੰਦੀ, ਉਹਨਾਂ ਨੂੰ ਉਹ ਪੂਰੇ ਟੱਬਰ ਨੂੰ ਲੈ ਕੇ ਆ ਜਾਂਦੇ। ਸੋ ਜਿਨ੍ਹਾਂ ਦਾ ਵਿਜ਼ਟਰ ਵੀਜ਼ਾ ਵੀ ਲੱਗਿਆ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਭਾਈ, ਇੱਕ ਵਾਰ ਜਿਹੜਾ ਮੇਨ ਬੰਦਾ ਘਰ ਦਾ ਉਹ ਇਕੱਲਾ ਆਵੇ, ਇਕੱਲਾ ਆ ਕੇ ਇੱਥੇ ਦਾ ਹਿਸਾਬ ਕਿਤਾਬ ਦੇਖੇ, ਫਿਰ ਵਿਜ਼ਟਰ ਵੀਜ਼ੇ ਲੱਗੇ ਨੇ ਉਹਨਾਂ ਦੇ, ਨੋਬਡੀ ਇਜ਼ ਗੋਇੰਗ ਟੂ ਸਟੋਪ ਦੈਮ, ਰਾਈਟ? ਕੋਈ ਉਹਨਾਂ ਨੂੰ ਲੱਤ ਫੜ ਕੇ ਉੱਥੇ ਬਿਠਾ ਨਹੀਂ ਲੈਣ ਲੱਗਿਆ। ਸੋ ਵਿਜ਼ਟਰ ਵੀਜ਼ਾ ਅਗਰ ਤੁਹਾਡੀ ਸਾਰੀ ਫੈਮਿਲੀ ਦਾ ਲੱਗ ਵੀ ਗਿਆ, ਅਤੇ ਜਿਹੜਾ ਮੇਨ ਮੁਖੀ ਆ ਘਰ ਦਾ ਉਹ ਆਵੇ, ਉਹ ਆ ਕੇ ਪਹਿਲੇ ਆਪਣੇ ਆਪ ਨੂੰ ਇੱਥੇ ਸੈਟਲ ਡਾਊਨ ਕਰੇ, ਔਰ ਫਿਰ ਜਿਹੜਾ ਉਹ ਬਾਕੀਆਂ ਨੂੰ ਬੁਲਾਵੇ, ਕਿਉਂਕਿ ਇੱਥੇ ਆ ਕੇ ਇੰਨੀ ਸੌਖੀ ਲਾਈਫ ਨਹੀਂ ਹੈ ਜਿੰਨੀ ਸਾਨੂੰ ਇੰਡੀਆ ਬੈਠ ਕੇ ਲੱਗਦੀ ਹੈ, ਜਾਂ ਕਈਆਂ ਨੂੰ ਲੱਗਦਾ ਕਿ ਵੀ ਜਾਂਦੇ ਗੱਡੀ 'ਤੇ ਚੜ੍ਹ ਜਾਂਗੇ, ਟਰਾਲੇ 'ਤੇ ਚੜ੍ਹ ਜਾਂਗੇ, ਇੰਨਾ ਸੌਖਾ ਨਹੀਂ ਹੈ, ਠੀਕ ਹੈ ਜੀ। ਸੋ ਤੁਸੀਂ ਆਲਰੇਡੀ ਉੱਥੇ ਵਿਜ਼ਟਰ ਵੀਜ਼ਾ 'ਤੇ 1,00,000 ਰੁਪਈਆ ਫੂਕ ਚੁੱਕੇ ਹੋ, ਹੁਣ ਤੁਸੀਂ 1,00,000 ਰੁਪਏ ਦੀਆਂ ਟਿਕਟਾਂ ਲਗਾ ਕੇ ਇੱਥੇ ਆਉਣਾ, ਔਰ ਇੱਥੇ ਆ ਕੇ ਤੁਹਾਨੂੰ ਪਤਾ ਲੱਗਣਾ ਕਿ ਮੈਂ ਤਾਂ 10th ਕੀਤੀ ਹੈ, ਮੈਨੂੰ ਤਾਂ ਕੋਈ ਵਰਕ ਪਰਮਿਟ ਨਹੀਂ ਮਿਲਣਾ। ਜੇ ਵਰਕ ਪਰਮਿਟ ਕਿਸੇ ਨੇ ਫਿਰ ਦੁਬਾਰਾ ਕੋਈ 10-15 lakh rupees ਲੈ ਕੇ ਫਾਰਮ ਵਰਕ ਦਾ ਵਰਕ ਪਰਮਿਟ ਦਵਾਤਾ, ਉਹ ਤੁਹਾਨੂੰ ਫਿਰ ਥੋੜ੍ਹੇ ਟਾਈਮ ਬਾਅਦ ਪਤਾ ਲੱਗਣਾ ਕਿ ਯਾਰ ਇਹਦੇ 'ਤੇ ਮੈਂ PR ਨਹੀਂ ਅਪਲਾਈ ਕਰ ਸਕਦਾ। ਸੋ PR ਅਪਲਾਈ ਕਰਨ ਦੀ ਜਿਹੜੀ ਕੈਟੇਗਰੀ ਹੈ, ਜਿਹਦੇ 'ਚ ਤੁਸੀਂ ਸੂਨਰ ਔਰ ਲੇਟਰ ਮਤਲਬ ਹੋਣ, ਜਾਂ ਜਦੋਂ ਵੀ ਤੁਸੀਂ ਉਹਦੇ ਲਾਇਕ ਹੋ ਜਾਓਗੇ, ਤੁਸੀਂ ਆਪਣੀ PR ਅਪਲਾਈ ਕਰੋਗੇ, ਉਹਦੇ ਵਾਸਤੇ 12th ਕਲਾਸ ਘੱਟ ਤੋਂ ਘੱਟ ਜ਼ਰੂਰੀ ਹੈ। ਸੋ ਜਿਹੜੇ ਮੇਰੇ ਵੀਰ 10th ਦਾ ਜਾਂ 10th ਤੋਂ ਬਿਲੋ ਜਾਂ 11th ਜਾਂ ਬਿਲੋ 12th 12th ਕਲਾਸ ਤੋਂ ਘੱਟ ਜਿਹੜੇ ਮੇਰੇ ਵੀਰ ਉੱਥੋਂ ਵਿਜ਼ਟਰ ਵੀਜ਼ਾ ਲਗਵਾ ਕੇ ਆਉਣ ਦੀ ਤਿਆਰੀ 'ਚ ਨੇ, ਜਾਂ ਜਿਨ੍ਹਾਂ ਦਾ ਵਿਜ਼ਟਰ ਵੀਜ਼ਾ ਲੱਗ ਗਿਆ ਔਰ ਸਾਰਾ ਟੱਬਰ ਆਉਣ ਦੀ ਤਿਆਰੀ 'ਚ ਹੈ, ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਸਾਰਾ ਪਰਿਵਾਰ, ਮੀਆਂ ਬੀਬੀ ਬੱਚੇ ਸਾਰਾ ਕੁਝ ਤੁਸੀਂ ਨਾਲ ਲੈ ਕੇ ਆ ਰਹੇ ਹੋ, ਇੱਦਾਂ ਨਾ ਕਰੋ। ਤੁਸੀਂ ਆਉਣਾ, ਤੁਹਾਡਾ ਵਿਜ਼ਟਰ ਵੀਜ਼ਾ ਲੱਗਿਆ, ਬਹੁਤ ਚੰਗੀ ਗੱਲ ਹੈ, ਤੁਸੀਂ ਪੜ੍ਹੇ ਲਿਖੇ ਹੋ, ਬੜੀ ਚੰਗੀ ਗੱਲ ਹੈ, ਲੇਕਿਨ ਤੁਸੀਂ ਪਹਿਲਾਂ ਇਕੱਲੇ ਆਓ, ਠੀਕ ਹੈ ਜੀ, ਇਕੱਲੇ ਆਓ। ਔਰ ਜਿਹੜਾ ਤੁਸੀਂ ਉੱਥੋਂ ਗੱਲਾਂ ਬਾਤਾਂ ਕਰਦੇ ਆਉਂਦੇ ਹੋ ਫੋਨ 'ਤੇ, ਕਮਿਊਨੀਕੇਸ਼ਨ ਕਰਦੇ ਆ ਕਿ ਮੈਂ ਆ ਰਿਹਾ ਜੀ, ਤੁਸੀਂ ਮੇਰਾ ਵਰਕ ਪਰਮਿਟ ਕਰਵਾ ਦਿਓ, ਦਿਸ ਐਂਡ ਦੈਟ। ਸੋ ਜਿਹੜੇ ਵੀ ਏਜੰਟ ਦੇ ਨਾਲ ਜਾਂ ਜਿਸ ਕਿਸੇ ਨਾਲ ਵੀ ਤੁਸੀਂ ਇਨ ਟੱਚ ਹੋ, ਜਿਹਦੇ ਨਾਲ ਤੁਸੀਂ ਫੋਨ 'ਤੇ ਕਮਿਊਨੀਕੇਸ਼ਨ ਕਰਦੇ ਆ ਰਹੇ ਹੋ, ਤਾਂ ਤੁਹਾਡਾ ਏਅਰਪੋਰਟ 'ਤੇ ਫੋਨ ਵੀ ਚੈੱਕ ਹੋ ਸਕਦਾ, ਉਹ ਦੇਖਣਗੇ ਕਿ ਇਹ ਬੰਦਾ ਘੁੰਮਣ ਫਿਰਨ ਆਇਆ ਕਿ ਇਹ ਬੰਦਾ ਵਰਕ ਪਰਮਿਟ ਜਾਂ ਕਿਸੇ ਨਾਲ ਨੌਕਰੀ ਦੀ ਗੱਲਬਾਤ ਕਰਨ ਆਇਆ। ਸੋ ਰੀਸੈਂਟ ਇਹੋ ਜਿਹੇ ਕੇਸ ਵੀ ਹੋਏ ਨੇ ਕਿ ਉਹਨਾਂ ਨੇ ਏਅਰਪੋਰਟ ਤੋਂ ਹੀ ਬੰਦੇ ਨੂੰ ਵਾਪਸ ਚੜਾਤਾ। ਸੋ ਟੂ ਬੀ ਵੈਰੀ ਫਰੈਂਕ, ਜਿਹਨਾਂ ਦੀ ਐਜੂਕੇਸ਼ਨ 10th ਹੈ ਜਾਂ 11th ਹੈ, ਜਿਹੜੇ 12th ਨਹੀਂ ਹੈ, ਉਹ ਬਹੁਤ ਸੋਚ ਸਮਝ ਕੇ ਆਉਣ, ਉਹਨਾਂ ਨੇ ਆਲਰੇਡੀ ਕਿਸੇ ਨਾ ਕਿਸੇ ਏਜੰਟ ਕੋਲ ਚੰਗਾ ਜ਼ਿਆਦਾ ਪੈਸਾ ਜਿਹੜਾ ਫੂਕ ਦਿੱਤਾ ਹੋਣਾ, ਔਰ ਹੁਣ ਜਿਹੜੇ ਤੁਸੀਂ ਇੱਥੇ ਆਓਗੇ, ਇੱਥੇ ਇੰਨੀ ਸੌਖੀ ਜੋਬ ਤੁਹਾਨੂੰ ਨਹੀਂ ਮਿਲਣੀ,
ਕਿਉਂਕਿ 10th ਔਰ 12th ਜਿਹੜੀ ਉਹ ਮਿਨੀਮਮ ਰਿਕੁਆਇਰਮੈਂਟ ਆ ਸੋ 10th ਤੋਂ ਬਾਅਦ ਜਿਹੜਾ ਕੋਈ ਬੰਦਾ ਵਿਜ਼ਟਰ ਵੀਜ਼ਾ ਲਗਵਾ ਕੇ ਇਹ ਸੋਚ ਕਹਿ ਰਿਹਾ ਕਿ ਮੈਂ ਜਾ ਕੇ ਕੋਈ ਵਰਕ ਪਰਮਿਟ ਲੈ ਲਾਂਗਾ ਤਾਂ ਉਹ ਬਹੁਤ ਗਲਤ ਆ। ਦੂਸਰਾ ਕੇਸ ਕਿ ਇਨ ਕੇਸ ਤੁਹਾਡਾ ਤੁਸੀਂ ਆ ਜਾਂਦੇ ਸਾਰੇ ਕਿਸੇ ਦੀ ਵਾਈਫ ਮੋਸਟਲੀ ਜ਼ਿਆਦਾਤਰ ਪੜ੍ਹੀਆਂ ਹੁੰਦੀਆਂ ਨੇ, ਅਗਰ ਉਹਦਾ ਇੱਥੇ ਵਿਜ਼ਟਰ ਵੀਜ਼ਾ ਮੰਨ ਲਓ ਕਿ ਇੱਕ ਮਿੰਟ ਵਾਸਤੇ ਕਨਵਰਟ ਹੋ ਜਾਂਦਾ ਤਾਂ ਫਿਰ ਜਿਹੜਾ ਕਿ ਫਿਰ ਤੁਸੀਂ ਤੁਹਾਡੀ ਤਾਂ ਤੁਹਾਨੂੰ ਤਾਂ ਕਿਸੇ ਨੇ ਵਰਕ ਪਰਮਿਟ ਨਹੀਂ ਦੇਣਾ, ਤੁਸੀਂ ਉਹ ਸਪਾਊਸ ਵੀਜ਼ਾ ਤਾਂ ਮੇ ਬੀ ਰਹਿ ਸਕੋ ਔਰ ਉਹ ਕਦੋਂ ਮਿਲੇਗਾ ਕਦੋਂ ਨਹੀਂ, ਓਪਨ ਵਰਕ ਪਰਮਿਟ ਤੁਹਾਨੂੰ ਕਦੋਂ ਮਿਲੇਗਾ ਕਦੋਂ ਨਹੀਂ ਕੋਈ ਪਤਾ ਨਹੀਂ। ਸੋ ਕਿਸੇ ਲੀਗਲ ਇਮੀਗ੍ਰੈਂਟ ਕੰਸਲਟੈਂਟ ਨਾਲ ਚੰਗੀ ਤਰ੍ਹਾਂ ਚੈੱਕ ਕਰ ਲਓ ਕਿ ਮੈਂ ਇੰਨੀ ਕੁ ਪੜ੍ਹਾਈ 'ਤੇ ਮੈਂ ਜਾ ਰਿਹਾ ਕਿ ਮੇਰਾ ਉੱਥੇ ਕੁਛ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿਉਂਕਿ ਜਿੱਥੇ ਤੱਕ ਮੈਨੂੰ ਪਤਾ ਮਿਨੀਮਮ ਰਿਕੁਆਇਰਮੈਂਟ ਹੈ 12th ਕਲਾਸ ਔਰ ਆਇਲਟਸ, ਔਰ ਤੁਹਾਡੇ ਕੋਲ ਕਿਸੇ ਕੰਟਰੀ ਦਾ 2 ਸਾਲ ਦਾ ਰੈਲੀਵੈਂਟ ਐਕਸਪੀਰੀਅੰਸ ਹੋਣਾ ਚਾਹੀਦਾ ਜਿਸ ਫੀਲਡ ਦੇ ਵਿੱਚ ਤੁਸੀਂ ਇੱਥੇ ਆ ਕੇ ਅੱਗੇ ਕੰਟੀਨਿਊ ਕਰਨਾ। ਬਟ ਅਗਰ ਤੁਸੀਂ ਇਹ ਸੋਚ ਰਹੇ ਹੋ ਕਿ ਬਸ ਸਾਡਾ ਵਿਜ਼ਟਰ ਵੀਜ਼ਾ ਲੱਗ ਗਿਆ ਵੀ ਕਿਸੇ ਤਰੀਕੇ ਸਾਰੇ ਟੱਬਰ ਨੂੰ ਲੈ ਕੇ ਕੈਨੇਡਾ ਪਹੁੰਚ ਜਾਈਏ ਤਾਂ ਬਹੁਤ ਗਲਤ ਕਰ ਰਹੇ ਹੋ ਤੁਸੀਂ, ਬਹੁਤ ਗਲਤ ਕਰੋਗੇ, ਕਿਉਂਕਿ ਤੁਸੀਂ ਪਹਿਲਾਂ 1,00,000 ਰੁਪਇਆ ਫੂਕਿਆ, ਮੁੜ ਕੇ ਫਿਰ ਤੁਸੀਂ ਟਿਕਟਾਂ 'ਤੇ ਪੈਸੇ ਲਗਾਉਣੇ ਆ, ਮੁੜ ਕੇ ਇੱਥੇ ਆ ਕੇ ਫਿਰ ਕਾਰੋਬਾਰ ਵੀ ਲੈਣਾ ਪੈਣਾ, ਕੋਈ ਨਾ ਕੋਈ ਕਿਤੇ ਰੈਂਟ 'ਤੇ ਰਹਿਣਾ ਪੈਣਾ ਔਰ ਬਹੁਤ ਪੈਸੇ ਲੱਗਣੇ ਤੁਹਾਡੇ। ਇਹਦੇ ਨਾਲੋਂ ਬੈਟਰ ਹੈ ਜੇ ਕਿਸੇ ਦਾ ਵੀਜ਼ਾ ਲੱਗਾ ਵੀ ਹੈ ਤਾਂ ਘਰ ਦਾ ਜਿਹੜਾ ਮੇਨ ਮੁਖੀ ਹੈ ਉਹ ਆਵੇ, ਈਵਨ ਕਿ ਅਗਰ ਕਿਸੇ ਦੀ PR ਵੀ ਹੋਈ ਹੈ ਮੈਂ ਤੁਹਾਨੂੰ ਉਹਨੂੰ ਵੀ ਇਹੀ ਸੁਜੈਸਟ ਕਰਦਾ ਕਿ ਭਰਾ ਸਾਰੇ ਟੱਬਰ ਨੂੰ ਨਾ ਲੈ ਕੇ ਆ, ਪਹਿਲਾਂ ਤੂੰ ਇਕੱਲਾ ਆ ਕੇ ਦੇਖ ਲੈ, ਕਿਉਂਕਿ ਜਿੰਨਾ ਕੁ ਮੈਂ ਦੇਖਿਆ ਇੱਥੇ ਜਿਹੜੇ ਸਭ ਤੋਂ ਜ਼ਿਆਦਾ ਥੋੜ੍ਹੀ ਜਿਹੀ ਪਰੇਸ਼ਾਨੀ ਹੁੰਦੇ ਜਿਹੜੇ ਸਭ ਤੋਂ ਜ਼ਿਆਦਾ ਵਾਪਸ ਨੂੰ ਭੇਜਦੇ ਉਹ ਸਾਰੇ PR ਭੇਜਦੇ ਜਿਹੜੇ ਇੰਡੀਆ ਤੋਂ ਜਾਂ ਕਿਸੇ ਕੰਟਰੀ ਤੋਂ ਸਿੱਧੇ PR ਆਏ ਹੁੰਦੇ ਆ, ਜਿਹੜਾ ਇੱਥੇ ਵਰਕ ਪਰਮਿਟ 'ਤੇ ਰਹਿ ਕੇ ਜਿਹਨੇ ਸਾਰਾ ਜਿਹੜਾ ਨਾ ਉਹ ਆਪਣੀ ਹੱਡ 'ਤੇ ਹੰਡਾਇਆ ਹੁੰਦਾ ਉਹ ਬੰਦਾ ਥੋੜ੍ਹਾ ਇੱਥੇ ਟਿਕ ਕੇ ਕੰਮ ਕਰਦਾ ਔਰ ਉਹ ਵਧੀਆ ਕਾਮਯਾਬ ਹੋ ਜਾਂਦਾ। ਸੋ ਬੇਨਤੀ ਹੈ ਕਿ ਜਿਹੜੇ ਬਹੁਤ ਘੱਟ ਐਜੂਕੇਸ਼ਨ ਅਤੇ ਵਿਜ਼ਟਰ ਵੀਜ਼ਾ ਲਗਵਾ ਕੇ ਔਰ ਇੱਥੇ ਸੈਟਲ ਡਾਊਨ ਹੋਣ ਦੇ ਚੱਕਰ 'ਚ ਨੇ ਉਹ ਬਹੁਤ ਸੋਚ ਸਮਝ ਕੇ ਆਇਓ। ਦੂਸਰਾ, ਅੱਜ ਕੱਲ੍ਹ ਇਟਲੀ ਤੋਂ ਔਰ ਸਪੇਨ ਤੋਂ ਕਾਫੀ ਫੋਨ ਆ ਰਹੇ ਨੇ, ਇਟਲੀ ਤੋਂ ਅੱਜ ਇੱਕ ਭਾਈ ਨੇ ਫੋਨ ਕੀਤਾ ਸੀ ਉਹ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ। ਉਹਨਾਂ ਦੀ ਐਜੂਕੇਸ਼ਨ ਵੀ 10th ਸੀਗੀ ਔਰ ਉਹਨਾਂ ਨੂੰ ਵੀ ਕੋਈ ਏਜੰਟ ਕਹਿ ਰਿਹਾ ਕਿ ਮੈਂ ਤੁਹਾਨੂੰ ਭੇਜ ਦਿੰਦਾ, ਉਹ ਸਿਟੀਜਨ ਹੈਗੇ ਨੇ ਇਟਲੀ ਦੇ, ਇਟੈਲੀਅਨ ਸਿਟੀਜਨ ਜਿਹਦੇ ਕੋਲ ਇਟਲੀ ਦਾ ਪਾਸਪੋਰਟ ਹੈ ਉਹ ਬੰਦਾ ਵਿਜ਼ਟਰ ਵੀਜ਼ਾ ਲੈ ਕੇ ਆ ਸਕਦਾ, ਬਟ ਪਾਸਪੋਰਟ ਚਾਹੇ ਤੁਹਾਡੇ ਕੋਲ ਅਮੈਰੀਕਾ ਦਾ ਕਿਉਂ ਨਾ ਹੋਵੇ, ਚਾਹੇ ਕਿਸੇ ਯੂਰੋਪ ਦੇ ਹੋਰ ਕਿਸੇ ਕੰਟਰੀ ਦਾ ਕਿਉਂ ਨਾ ਹੋਵੇ, ਲੇਕਿਨ ਜਿਹੜੀ ਮਿਨੀਮਮ ਰਿਕੁਆਇਰਮੈਂਟ ਹੈ ਉਹ ਤਾਂ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਿਸੇ ਨਾ ਕਿਸੇ ਵਰਕ ਪਰਮਿਟ ਲੈਣ ਵਾਸਤੇ। ਵਰਕ ਪਰਮਿਟ ਤੁਹਾਨੂੰ ਤਾਂ ਹੀ ਮਿਲੇਗਾ ਜੇ ਤੁਹਾਡੇ ਕੋਲ ਤੁਸੀਂ ਆਈਲੈਟਸ ਕੀਤੀ ਹੈ, ਤੁਹਾਡੇ ਬੈਂਡ ਪ੍ਰੋਪਰ ਨੇ, ਤੁਹਾਡੇ ਕੋਲ ਐਜੂਕੇਸ਼ਨ ਜਿਹੜੀ ਆ ਪ੍ਰੋਪਰ ਹੈ। ਅਤੇ ਭਾਈ ਸਾਹਿਬ ਮੈਨੂੰ ਕਹਿਣ ਲੱਗੇ ਸੀ, ਕਹਿੰਦੇ ਵੀ ਮੈਨੂੰ ਮੇਰੇ ਏਜੰਟ ਨੇ ਕਿਹਾ ਕਿ ਆਈਲੈਟਸ ਜਿਹੜੀ ਆ ਉਹ ਤੇਰੀ ਵਾਈਫ ਕਰ ਲੇਗੀ। ਦੱਸੋ ਕਿੰਨੀ ਮਤਲਬ ਮਜ਼ਾਕ ਹੈ, ਮਜ਼ਾਕ ਸਮਝ ਰੱਖਿਆ ਏਜੰਟਾਂ ਨੇ ਕਿ ਆਈਲੈਟਸ ਤੇਰੀ ਵਾਈਫ ਕਰ ਲੇਗੀ ਔਰ ਫਾਈਲ ਆਪਾਂ ਤੇਰੀ ਲਾ ਦਾਂਗੇ 10th ਦੇ ਬੇਸ 'ਤੇ। ਇਹ ਤਾਂ ਉੱਦਾਂ ਹੀ ਹੋ ਗਿਆ ਕਿ ਵਿਆਹ ਤੂੰ ਕਰ ਲੈ ਤਾਂ ਨਿਆਣੇ ਮੇਰੇ ਹੋ ਜਾਣਗੇ। ਸੋ ਇਹ ਜਿਹੜਾ ਨਾ ਇਹ ਧੰਦਾ ਬੰਦ ਹੋਣਾ ਚਾਹੀਦਾ, ਇਹ ਥੋੜ੍ਹਾ ਜਿਹਾ ਸਮਝਣ ਦੀ ਜ਼ਰੂਰਤ ਹੈ ਕਿ ਅਸੀਂ ਬਹੁਤ ਲੱਖਾਂ ਰੁਪਈਆ ਫੂਕ ਦਿੰਦੇ ਹਾਂ, ਬਾਅਦ ਸਾਨੂੰ ਇੱਥੇ ਆ ਕੇ ਪਤਾ ਲੱਗਦਾ, ਠੀਕ ਹੈ ਜੀ। ਸੋ ਅਗਰ ਕੋਈ ਬੋਗਸ ਆਈਲੈਟਸ ਦਾ ਸਰਟੀਫਿਕੇਟ ਕੋਈ ਪੈਸੇ ਲੈ ਕੇ ਲਗਾ ਰਿਹਾ, ਕੱਲ੍ਹ ਨੂੰ ਤੁਹਾਡਾ ਭਾਂਡਾ ਫੁੱਟ ਗਿਆ ਤਾਂ ਫਿਰ ਤੁਸੀਂ ਕਿਸੇ ਪਾਸੇ ਜੋਗੇ ਨਹੀਂ ਰਹਿਣਾ। ਜਿਹੜੇ ਵੀ ਕਾਗਜ਼ ਲਗਾਉਣੇ ਆ ਸਾਰੇ ਜੈਨੂਅਨ ਲਗਾ ਕੇ ਆਇਓ, ਪਹਿਲੀ ਚੀਜ਼। ਦੂਸਰਾ, ਐਜੂਕੇਸ਼ਨ ਤੁਹਾਡੀ ਪ੍ਰੋਪਰ ਹੋਵੇ, ਅਗਰ ਕੋਈ PR ਵੀ ਆ ਰਿਹਾ ਉਹ ਪਹਿਲਾਂ ਇਕੱਲਾ ਆ ਕੇ ਥੋੜ੍ਹੇ ਦਿਨ ਇੱਥੇ ਆ ਕੇ ਦੇਖ ਲਏ, ਸੈਟਲ ਡਾਊਨ ਹੋ ਲਏ, ਫਿਰ ਬੇਸ਼ੱਕ ਸਾਰੇ ਟੱਬਰ ਨੂੰ ਬੁਲਾ ਲਵੇ ਜਾਂ ਜਿਹੜਾ ਉਹਨਾਂ ਦਾ ਟਾਈਮ ਹੈ ਇੱਕ ਵਾਰ ਬੁਲਾ ਕੇ ਅਤੇ ਫਿਰ ਜਿੱਦਾਂ ਵੀ ਕਰ ਸਕਦਾ। ਅਗਰ ਉਹਨਾਂ ਕੋਲ ਲੌਂਗਰ ਟਾਈਮ ਪੀਰੀਅਡ ਹੈ, ਕਿਉਂਕਿ ਇੱਕ ਟਾਈਮ ਦੇ ਦਿੰਦੀ ਹੈ ਗੌਰਮੈਂਟ ਤੁਹਾਨੂੰ ਕਿ ਤੁਸੀਂ PR ਹੋ ਗਏ ਤਾਂ ਇੰਨੀ ਤਰੀਕ ਤੱਕ ਤੁਸੀਂ ਐਂਟਰੀ ਕਰੋ, ਅਗਰ ਉਹ ਟਾਈਮ ਪੀਰੀਅਡ ਕੋਈ 5-7-10 ਮਹੀਨੇ ਦੇ ਸਾਲ ਦਾ ਹੈ ਤਾਂ ਤੁਸੀਂ ਇਕੱਲੇ ਆਓ, ਆ ਕੇ ਸੈਟਲ ਡਾਊਨ ਹੋਵੋ, ਫਿਰ ਉਹਨਾਂ ਨੂੰ ਬੁਲਾਓ। ਅਗਰ ਬਹੁਤ ਸ਼ੋਰਟ ਟਾਈਮ ਪੀਰੀਅਡ ਹੈ ਫਿਰ ਤੁਸੀਂ ਨਾਲ ਜ਼ਰੂਰ ਲੈ ਕੇ ਆਓ। ਸੋ ਅੱਜ ਦਾ ਇਹ ਛੋਟਾ ਜਿਹਾ ਵੀਡੀਓ, ਉਹ ਸਾਰੇ ਮੇਰਾ ਵੀਰਾਂ ਨੂੰ ਬੇਨਤੀ ਹੈ ਜਿਹੜੇ ਪੂਰੀ ਦੁਨੀਆ 'ਚ ਮੇਰਾ ਵੀਡੀਓ ਦੇਖਣਗੇ, ਜਿਹੜੇ ਦੇਖ ਰਹੇ ਨੇ ਸੁਣ ਰਹੇ ਨੇ, ਉਹ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇਹ ਵੀਡੀਓ ਨੂੰ ਤੁਸੀਂ ਉਸ ਹਰ ਇੱਕ ਆਪਣੇ ਯਾਰ ਦੋਸਤ ਨੂੰ ਸ਼ੇਅਰ ਕਰਨਾ ਜਿਹੜਾ ਤੁਹਾਨੂੰ ਲੱਗਦਾ ਕਿ ਕੈਨੇਡਾ ਜਾਣ ਵਾਲਾ ਜਾਂ ਜਾਏਗਾ ਜਾਂ ਟਰਾਈ ਕਰ ਰਿਹਾ। ਸੋ ਅਗਰ ਉਹਦੀ ਐਜੂਕੇਸ਼ਨ 12th ਤੋਂ ਘੱਟ ਹੈ, ਉਹਦੇ ਕੋਲ ਆਈਲੈਟਸ ਨਹੀਂ ਹੈ ਔਰ ਉਹ ਨਹੀਂ ਕਰ ਸਕਦਾ, ਤਾਂ ਇੱਥੇ ਕੋਈ ਕਿਸੇ ਕਿਸਮ ਦਾ ਵਰਕ ਪਰਮਿਟ ਨਹੀਂ ਮਿਲਣਾ। ਦੂਸਰਾ, ਤੁਸੀਂ ਜਦੋਂ ਟੂਰਿਸਟ ਵੀਜ਼ਾ 'ਤੇ ਆਉਂਦੇ ਹੋ ਤਾਂ ਤੁਹਾਡੇ ਫੋਨ 'ਚ ਕੋਈ ਇਹੋ ਜਿਹੀ ਗੱਲਬਾਤ, ਕੋਈ ਇਹੋ ਜਿਹਾ ਮੈਸੇਜ, ਕੋਈ ਇਹੋ ਜਿਹੀ ਈਮੇਲ, ਕੋਈ ਇਹੋ ਜਿਹੀ ਚੈਟਿੰਗ
ਨਹੀਂ ਹੋਣੀ ਚਾਹੀਦੀ, ਉਹ ਕਦੇ ਵੀ ਚੈੱਕ ਕਰ ਸਕਦੇ ਆ। ਅਗਰ ਉਹਨਾਂ ਨੂੰ ਡਾਊਟ ਹੋਇਆ ਕਿ ਇਹ ਬੰਦਾ ਕੰਮ ਕਰਨ ਵਾਸਤੇ ਆਇਆ ਤਾਂ ਫਿਰ ਕੁਛ ਵੀ ਹੋ ਸਕਦਾ। ਸੋ ਇਹ ਚੀਜ਼ਾਂ ਦਾ ਧਿਆਨ ਰੱਖੋ, ਬੰਦਾ ਹਮੇਸ਼ਾ ਆਪਣੀ ਐਜੂਕੇਸ਼ਨ ਨਾਲ ਅੱਗੇ ਵੱਧ ਸਕਦਾ। ਜਿਹੜੇ ਮੇਰੇ ਵੀਰ ਇੰਡੀਆ ਤੋਂ ਫੋਨ ਕਰਦੇ ਕਿ ਜੀ ਮੈਂ ਹੁਣੀ 12ਵੀਂ ਕੀਤੀ ਹੈ ਜੀ ਮੈਂ ਟਰੱਕ ਡਰਾਈਵਰ ਬਣਨਾ ਚਾਹੁੰਦਾ, ਉਹਨਾਂ ਵੀ ਸਾਰੇ ਮੇਰਾ ਵੀਰਾਂ ਨੂੰ ਰਿਕੁਐਸਟ ਆ ਕਿ ਟਰੱਕ ਦਾ ਸਟੇਅਰਿੰਗ ਤਾਂ ਕਦੇ ਵੀ ਫੜ ਲਿਓ, ਸਾਰੀ ਉਮਰ ਪਈ ਹੈ। ਟਰੈਕਿੰਗ ਮਸਟ ਬੀ ਦਾ ਲਾਸਟ ਆਪਸ਼ਨ ਨੋਟ ਦਾ ਫਸਟ, ਮੈਂ ਹਮੇਸ਼ਾ ਕਹਿੰਦਾ ਹੁੰਦਾ। ਸੋ ਟਰੱਕ ਚਲਾਉਣਾ ਸਾਰੀ ਉਮਰ ਪਈ ਹੈ, ਜਦੋਂ ਮਰਜ਼ੀ ਚਲਾ ਲਿਓ, ਲੇਕਿਨ ਤੁਹਾਨੂੰ ਪਰਮਾਤਮਾ ਨੇ ਮੌਕਾ ਦਿੱਤਾ ਪੜ੍ਹਨ ਦਾ, ਪੜ੍ਹ ਲਓ, ਠੀਕ ਹੈ ਜੀ। ਸੋ ਜਿਹਨਾਂ ਨੇ ਉਧਰੋਂ 12ਵੀਂ ਕੀਤੀ ਹੈ ਆਉਣਾ ਚਾਹੁੰਦੇ ਨੇ, ਸਟੂਡੈਂਟ ਵੀਜ਼ੇ 'ਤੇ ਆਉਣ, ਟਰੱਕ ਦੀ ਪੂੰਛ ਛੱਡ ਦੇਣ ਫਿਲਹਾਲ ਵਾਸਤੇ, ਠੀਕ ਰਹੇਗਾ। ਪਰਮਾਤਮਾ ਨੇ ਮੌਕਾ ਦਿੱਤਾ ਪੜ੍ਹਨ ਦਾ, ਪੜ੍ਹ ਲੈਣ, ਉਹ ਜ਼ਿਆਦਾ ਵਧੀਆ ਰਹੇਗਾ। ਸੋ ਜਿੰਨੀਆਂ ਗੱਲਾਂ ਮੈਂ ਕਹੀਆਂ ਨਾ, ਪਲੀਜ਼ ਇਹ ਸਾਰੀਆਂ ਗੌਰ ਨਾਲ ਸੁਣਿਓ, ਧਿਆਨ ਰੱਖਿਓ। ਇੱਦਾਂ ਨਾ ਹੋਵੇ, ਕਿਉਂਕਿ ਬਹੁਤ ਲੋਕ ਇੱਥੇ ਆ ਕੇ ਮਿਲਦੇ ਆ ਮੈਨੂੰ, ਕਰੀਬ ਕਰੀਬ ਮਹੀਨੇ 'ਚ 5 ਜਾਂ 7 ਫੋਨ ਇਹੋ ਜਿਹੇ ਹੁੰਦੇ ਆ ਜਿਹੜੇ ਲੋਕ ਕਹਿੰਦੇ ਉਹ ਭਾਅ ਜੀ ਸਾਨੂੰ, ਮੈਂ ਅਸੀਂ ਤੁਹਾਡਾ ਵੀਡੀਓ ਪਹਿਲਾਂ ਨਹੀਂ ਦੇਖਿਆ, ਜੇ ਕਿਤੇ ਪਹਿਲਾਂ ਦੇਖ ਲੈਂਦੇ ਅਸੀਂ ਇੰਜ ਨਾ ਕਰਦੇ, ਸਾਡੇ ਕੋਲ ਤਾਂ ਸਾਡੇ ਰਿਸ਼ਤੇਦਾਰ ਨੇ 25 ਲੱਖ ਰੁਪਇਆ ਲੈ ਲਿਆ, 26 ਲੱਖ ਰੁਪਇਆ ਲੈ ਲਿਆ ਵਿਜ਼ਟਰ ਵੀਜ਼ਾ ਲਗਵਾਉਣ ਦਾ, ਜਿਹੜਾ ਕੋਈ 20-50 ਹਜ਼ਾਰ ਰੁਪਈਏ ਦਾ ਟੋਟਲ ਖਰਚਾ ਆਉਂਦਾ। ਕਈ ਦੁਬਈ ਤੋਂ ਆ ਜਾਂਦੇ ਨੇ, ਉਹ ਆਪਣਾ ਲਾਈਟ ਲਾਈਸੈਂਸ ਲੈ ਕੇ ਆ ਜਾਂਦੇ ਆ, ਫਿਰ ਕਹਿੰਦੇ ਜੀ ਤੁਹਾਡੇ ਨਾਲ ਪਹਿਲਾਂ ਗੱਲ ਹੋ ਜਾਂਦੀ, ਸਾਨੂੰ ਪਤਾ ਲੱਗਦਾ ਸੀ ਹੈਵੀ ਲਾਈਸੈਂਸ ਹੀ ਲੈ ਕੇ ਆ ਜਾਂਦੇ। ਸੋ ਹੈਵੀ ਲਾਈਸੈਂਸ ਇੱਕ ਐਸੈਟ ਹੈਗੀ ਹੈ, ਉਹ ਹਮੇਸ਼ਾ ਬਣਾ ਕੇ ਰੱਖਣਾ ਚਾਹੀਦਾ ਅਗਰ ਤੁਸੀਂ ਇੱਧਰ ਆਉਣਾ। ਬਟ ਇਹ ਜਿੰਨੀਆਂ ਵੀ ਗੱਲਾਂ ਮੈਂ ਕਹੀਆਂ ਸਾਰੀਆਂ ਗੌਰ ਨਾਲ ਸੁਣਿਓ ਅਤੇ ਅੱਗੇ ਸ਼ੇਅਰ ਕਰਿਓ, ਤਾਂ ਕਿ ਜਿਹੜਾ ਕੋਈ ਬੰਦਾ ਆ ਰਿਹਾ ਜਿਹਦੀ ਐਜੂਕੇਸ਼ਨ ਪ੍ਰੋਪਰ ਨਹੀਂ ਹੈ, ਉਹਨੂੰ ਇਹ ਸਮਝ ਆ ਜਾਵੇ ਕਿ ਜਿਹੜਾ ਮੇਰਾ ਪੈਸਾ ਫੁੱਕ ਗਿਆ ਔਰ ਮੈਂ ਹੋਰ ਨਾ ਫੂਕਾਂ। ਹਾਂ, ਅਗਰ ਕਿਸੇ ਦੀ ਵਾਈਫ ਇੰਨੀ ਐਜੂਕੇਟਿਡ ਹੈ ਕਿ ਉਹ ਆਪਣੇ ਬਿਹਾਫ 'ਤੇ ਵਰਕ ਪਰਮਿਟ ਅਪਲਾਈ ਕਰ ਸਕਦੀ ਹੈ ਔਰ ਉਹਦੇ ਸਿਰ 'ਤੇ ਉਹ ਸਪਾਊਸ ਵੀਜ਼ਾ 'ਤੇ ਰੁਕ ਸਕਦਾ, ਅਤੇ ਦੈਨ ਇਟਸ ਅ ਡਿਫਰੈਂਟ ਸਟੋਰੀ। ਬਟ ਅਗਰ ਤੁਹਾਡੀ ਐਜੂਕੇਸ਼ਨ ਘੱਟ ਹੈ, ਸੋ ਐਟ ਦ ਐਂਡ ਆਫ ਦਾ ਡੇ ਯੂ ਆਰ ਇਨ ਬਿਗ ਟ੍ਰਬਲ, ਬਿਗ ਟ੍ਰਬਲ, ਠੀਕ ਹੈ ਜੀ। ਪੈਸੇ ਦਾ ਵੀ, ਟਾਈਮ ਦਾ ਵੀ, ਹਰ ਚੀਜ਼ ਦਾ ਨੁਕਸਾਨ ਹੈ। ਸੋ ਇੰਨੀਆਂ ਗੱਲਾਂ ਪ੍ਰਵਾਨ ਕਰਨੀਆਂ, ਵਾਹਿਗੁਰੂ ਮੇਰ ਕਰੇ, ਚੜ੍ਹਦੀ ਕਲਾ 'ਚ ਬਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ।